ਸਤਿ ਸ਼੍ਰੀ ਅਕਾਲ ਜੀ, ਮੈਂ ਮੁਖਤਿਆਰ ਸਿੰਘ, ਡਿਸਟ੍ਰਿਕਟ ਫਿਰੋਜ਼ਪੁਰ ਦਾ ਰਹਿਣ ਵਾਲਾ ਜੀ। ਮੇਰਾ ਵਜ਼ਨ ਹੈਗਾ 1.52 ਕੁਇੰਟਲ, ਸਟਾਰਟਿੰਗ ਤੋਂ 9 ਮਹੀਨੇ ਪਹਿਲਾਂ ਜੀ। ਅਤੇ ਮੈਨੂੰ ਨਾ ਸਾਹ 'ਚ ਬਹੁਤ ਦਿੱਕਤ ਆਉਂਦੀ ਸੀ, ਤੁਰਨ ਫਿਰਨ 'ਚ ਦਿੱਕਤ ਆਉਂਦੀ ਸੀ, ਕੰਮ ਕਾਰ 'ਚ ਦਿੱਕਤ ਆਉਂਦੀ ਸੀ। ਅਸੀਂ ਡਾਕਟਰ ਅਮਿਤ ਸਿੰਘ ਜੀ ਨੂੰ ਡਿਸਟ੍ਰਿਕਟ ਫਿਰੋਜ਼ਪੁਰ ਮਿਲੇ, ਉਸ ਤੋਂ ਬਾਅਦ 2-3 ਵਾਰ ਅਸੀਂ ਮੋਗੇ, ਪਰ ਮੇਰਾ ਮਨ ਨਹੀਂ ਕਰਦਾ ਸੀ ਵੀ ਮੈਂ ਸਰਜਰੀ ਕਰਾਵਾਂ। ਮੇਰੀ ਵਾਈਫ ਕਹਿੰਦੇ ਸਰਜਰੀ ਆਪਣਾ ਕਰਵਾਉਣੀ ਪਊਗੀ, ਆਪਣਾ ਵੇਟ ਇਵੇਂ ਲੂਜ਼ ਨਹੀਂ ਹੋਣਾ, ਪਰ ਮੈਂ ਭੁੱਖਾ ਵੀ ਰਹਿ ਕੇ ਦੇਖ ਲਿਆ ਸੀ, ਕੰਮ ਕਰਕੇ ਵੀ ਦੇਖਿਆ, ਪਰ ਦਵਾਈਆਂ ਵੀ ਬਹੁਤ ਵਰਤੀਆਂ ਜੀ ਅਸੀਂ, ਪਰ ਹੱਲ ਨਹੀਂ ਹੋਇਆ ਜੀ। ਪਰ ਅਸੀਂ ਸੋਚਿਆ, ਮਨ ਬਣਾ ਲਿਆ, ਵਾਈਫ ਕਹਿੰਦੀ ਚਲੋ ਕਰਵਾ ਲਈ, ਚਲੋ ਮੈਂ ਸੋਚਿਆ ਚਲੋ ਕੋਈ ਕਰਵਾ ਲੈਂਦੇ, ਚਲੋ ਮਰਨੀ ਪੈਂਦੀ ਕਿਸੇ ਦੀ। ਪਰ ਅਸੀਂ 11 ਨਵੰਬਰ 2020 ਨੂੰ ਅਸੀਂ ਐਡਮਿਟ ਹੋ ਗਏ ਇੱਥੇ ਮੋਗਾ 'ਚ ਆ ਕੇ ਜੀ। 14 ਨਵੰਬਰ 2020 ਨੂੰ ਸਾਨੂੰ ਡਿਸਚਾਰਜ ਮਿਲ ਗਿਆ, ਦਿਵਾਲੀ ਵਾਲੇ ਦਿਨ ਸਾਨੂੰ ਛੁੱਟੀ ਮਿਲ ਗਈ ਸੀ, ਪਰ ਮੇਰੇ ਕੋਲ ਕੋਈ ਵਹੀਕਲ ਵਜ੍ਹਾ ਨਾ ਹੋਣ ਕਰਕੇ ਡਾਕਟਰ ਸਾਹਿਬ ਨੇ ਮੈਨੂੰ ਆਪਣੇ ਕੋਲੋਂ ਗੱਡੀ ਪ੍ਰੋਵਾਈਡ ਕਰਕੇ ਮੈਨੂੰ ਡਿਸਟ੍ਰਿਕਟ ਫਿਰੋਜ਼ਪੁਰ ਪਹੁੰਚਾਇਆ, ਉੱਥੇ ਸਹੀ ਸਲਾਮਤ ਬਿਲਕੁਲ। ਅਤੇ ਉਸ ਤੋਂ ਬਾਅਦ ਮੈਂ ਹੁਣ 9 ਮਹੀਨੇ ਹੋ ਗਏ ਜੀ, ਮੇਰਾ ਵਜ਼ਨ ਕਮ 60 ਕਿਲੋ ਲਗਭਗ ਕਮ ਹੋ ਗਿਆ ਜੀ। ਹੁਣ ਮੈਨੂੰ ਨਾ ਦਿੱਕਤ ਤੁਰਨ ਫਿਰਨ 'ਚ ਦਿੱਕਤ ਆਉਂਦੀ ਹੈ, ਨਾ ਕੰਮ ਕਰਨ ਦਿੱਕਤ 'ਚ ਆਉਂਦੀ ਹੈ, ਨਾ ਸਾਹ 'ਚ ਦਿੱਕਤ ਆਉਂਦੀ ਹੈ। ਮੈਂ ਹੁਣ ਕੱਪੜੇ ਵੀ ਵਧੀਆ ਪਾ ਸਕਣਾ, ਆਰਾਮ ਨਾਲ ਰਹਿਣਾ, ਖੁਸ਼ੀ ਨਾਲ ਰਹਿਣਾ, ਪਰਿਵਾਰ ਵਿੱਚ ਰਹਿਣਾ, ਬੱਚੇ ਮੇਰੇ ਬਹੁਤ ਖੁਸ਼ ਹੈ, ਮੇਰੀ ਵਾਈਫ ਵੀ ਬਹੁਤ ਖੁਸ਼ ਹੈ। ਪਰ ਉਸ ਤੋਂ ਬਾਅਦ ਮੈਂ ਲੋਕਾਂ ਨੂੰ ਉਹੀ ਸੁਨੇਹਾ ਦੇਣਾ ਚਾਹੁੰਦਾ ਜਿਹਨੇ ਲੋਕੀ ਬਹੁਤ ਸਾਨੂੰ ਮਿਲੋ ਕਿ ਬਹੁਤ ਮਿਲਦੇ ਸੀ ਮੈਨੂੰ, ਕਹਿੰਦੇ ਡਰਾਉਂਦੇ ਸੀ ਆਹ ਕੁਝ ਹੋਜੂਗਾ, ਆਹ ਕੁਝ ਹੋਜੂਗਾ, ਪਰ ਇਹੋ ਜਿਹੀ ਕੋਈ ਦਿੱਕਤ ਨਹੀਂ ਸੀ। ਡਾਕਟਰ ਅਮਿਤ ਸੂ ਦਾ ਸਟਾਫ ਵੀ ਬਹੁਤ ਚੰਗਾ ਹੈ, ਮੈਨੂੰ ਫੋਨ ਵੀ 2-3 ਵਾਰ ਕਰਦਾ ਰਹਿੰਦਾ ਹੈ, ਡਾਕਟਰ ਆਪ ਵੀ ਫੋਨ ਕਰਦੇ ਹੈ, ਫੋਲੋਅਪ ਲਈ ਜਾਂਦਾ, ਮੈਨੂੰ ਕੋਈ ਨਾ ਕੋਈ ਚਾਰਜਸ ਵਗੈਰਾ ਨਹੀਂ ਲਿਆ ਕਿਸੇ ਦੀ, ਕੋਈ ਫੀਸ ਨਹੀਂ ਅਜੇ ਤੱਕ ਲਈ, ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਆਓ, ਡਾਕਟਰ ਸਾਹਿਬ ਫੋਨ ਆਪ ਵੀ ਕਰਦੇ ਆ, ਸਟਾਫ ਵੀ ਬਹੁਤ ਕਰਦੇ ਆ ਵੀ ਮੈਡੀਸਨ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ, ਕਿਸ ਤਰ੍ਹਾਂ ਨਹੀਂ ਲੈ ਰਹੇ ਹੋ। ਮੈਂ ਤਾਂ ਵੀਰਾਂ ਉਹੀ ਸੁਨੇਹਾ ਦੇਣਾ ਜਿਹਨਾਂ ਦਾ ਵੇਟ ਬਹੁਤ ਜ਼ਿਆਦਾ ਹੋ ਚੁੱਕਿਆ, ਉਹਨਾਂ ਨੂੰ ਡਾਕਟਰ ਅਮਿਤ ਸੂ ਜੀ ਨੂੰ ਮਿਲਣ, ਡਿਸਟ੍ਰਿਕਟ ਫਿਰੋਜ਼ਪੁਰ ਮਿਲਣ, ਮੋਗਾ ਆ ਕੇ ਮਿਲਣ, ਆਪਣਾ ਵੇਟ ਲੂਜ਼ ਬਾਰੇ ਪੁੱਛਣ, ਅਮਿਤ ਸੂ ਸਰਜਰੀ ਕਰਾਉਣ, ਉਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ।